ਵਜ਼ਨ ਨਹੀਂ ਹੋ ਗਿਆ ਔਰ ਇਸ ਮਸਲੇ ਨਾਲ ਕਰਨਾ ਮਤਲਬ ਜਿਹੜਾ ਨੇ ਜਾਂਦਾ ਦਿਨੇਸ਼ ਕੁਐਸ਼ ਪੈਂਡ ਹੋਈ ਚਲੋ ਸਟੇਜ ਹੀ ਉੱਤੇ ਆਖਰੀ ਸਟੇਜ ਹੀ ਉੱਤੇ ਟਾਈਮ ਕਾਲ ਕੁਐਸ਼ ਬਤਾਉਣ ਨਹੀਂ ਦਿੱਤਾ ਗਿਆ ਨਾ ਸਾਰੇ ਉਹ ਜੀ ਇਹਨਾਂ ਨੇ ਮੈਂ ਕਿਥੋਂ ਨਾ ਲੱਗਣਾ ਜੋ ਨਾ ਭਾਈ ਸਾਰੀਆਂ ਕੁਐਸ਼ ਬੰਦੇ ਨਹੀਂ ਪੂਰੀ ਨਹੀਂ ਹੁੰਦੀਆਂ ਬਹੁਤ ਸਾਰੀਆਂ ਕੁਐਸ਼ ਜਿਹੜਾ ਦੁਨੀਆ ਰਹਿ ਜਾਂਦੀ ਇਹ ਬੱਚੇ ਨੇ ਜਜ਼ਬਾਤੀ ਲੋਕ ਹੁਣ ਭਾਈ ਇਹ ਕੁਐਸ਼ ਪੂਰੀ ਨਾ ਹੋਵੇ ਤਾਂ ਨਾਰਾਜ਼ ਹੋ ਜਾਣਾ ਇਸ ਤਰ੍ਹਾਂ ਨਾ ਭਾਈ ਨਾਲੇ ਦੂਜੀ ਗੱਲ ਇਹ ਹਦੀਸ ਪਾ ਕੇ ਕਹਿੰਦਾ ਨਾ ਭਾਈ ਇੱਕ ਦਫ਼ੇ ਜੋ ਹੈ ਭਾਈ ਸ਼ੈਤਾਨ ਜਿਹੜਾ ਇੱਕ ਬੰਦਾ ਭਾਵੇਂ ਬਾਦਲ ਗੁਜ਼ਾਰ ਹੈ ਅਤੇ ਇੱਕ ਦਰਖਤ ਦੀ ਲੋਕ ਮੈਂ ਪੂਜਾ ਕਰਨੀ ਹੈ ਉਹ ਗਿਆ ਭਾਈ ਮੈਂ ਇਸ ਦਰਖਤ ਹੈ ਕੱਟਣਾ ਰਾਹ ਕਿਸਾਂ ਸ਼ੈਤਾਨ ਮਿਲਾ ਆਖਣਾ ਭਾਈ ਤੂੰ ਕਿਉਂ ਇਸ ਦਰਖਤ ਹੈ ਕੱਟਣਾ ਭਾਈ ਕਦੇ ਅੱਲਾਹ ਤਾਲਾ ਮਨਜ਼ੂਰ ਹੋ ਗਿਆ ਇਸ ਦਰਖਤ ਹੈ ਕੱਟਣਾ ਅਤੇ ਅੱਲਾਹ ਤਾਲਾ ਕੋਈ ਨਬੀ ਭੇਜਿਆ ਜਿਹੜਾ ਇਸ ਦਰਖਤ ਦਾ ਕੱਟ ਛੋੜਿਆ ਤਿਹੜੀ ਕਿਹੜੀ ਬਿਮਾਰੀ ਤੂੰ ਤਾਂ ਵੰਝ ਇਬਾਦਤ ਕਰ ਅਤੇ ਅੱਲਾਹ ਤਾਲਾ ਰਾਜ਼ੀ ਕਰ ਤੂੰ ਇਵੇਂ ਆਪਣੀ ਜਾਨ ਫਸਾਉਣਾ ਪਿਆ ਇੱਟਾਂ ਦਾ ਕੰਮ ਤਾਂ ਨਹੀਂ ਤਾਂ ਨਬੀਆਂ ਦਾ ਕੰਮ ਹੈ ਉਹ ਸ਼ੈਤਾਨ ਅਤੇ ਉਹ ਆਪਣੇ ਭਿੜ ਪੈਣ ਉਹ ਸਹਿਜ ਕੀਤਾ ਭਾਈ ਸ਼ੈਤਾਨ ਬਿਤਾਰ ਕੇ ਅਤੇ ਤਲੇ ਢਾ ਕੇ ਦੱਸ ਜਿਸ ਵੇਲੇ ਸ਼ੈਤਾਨ ਢਹਿ ਪਿਆ ਤੇ ਸ਼ੈਤਾਨ ਆਖਣਾ ਸਹਿਜ ਮੈਂ ਭਾਈ ਖੁਦਾ ਮੈਂ ਰੋਜ਼ ਦੌੜ ਪੈ ਦਿਆ ਕਰ ਤੇ ਤੂੰ ਖੂਬ ਇਬਾਦਤ ਕਰਨਾ ਰਹੇ ਤੂੰ ਕਿਉਂ ਮਤਲਬ ਦੁਨੀਆਂ ਨੇ ਕੰਮਾਂ 'ਚ ਮੁਦਾਖਲਤ ਕਰਨਾ ਦੌੜ ਪੈ ਜਿਸ ਵੇਲੇ ਨਮਾਜ਼ ਪੜ੍ਹੇ ਨਾ ਤੇ ਤਲੇ ਭਾਈ ਦੌੜ ਪਏ ਉਸ ਵੇਲੇ ਬਹੁਤ ਵੱਡੀ ਖਿਆਲ ਜੀ ਮਸਲੇ ਤੁਹਾਨੂੰ ਨਿਕਲੇ ਉਸ 'ਤੇ ਭਾਈ ਇਬਾਦਤ ਕਰੇ ਭਾਈ ਛੇ ਧੜੇ ਉਸ ਸੱਟੇ 'ਚ ਉਸ ਤੋਂ ਬਾਅਦ ਉਸ ਦੌੜ ਪੈ ਰੱਖਣੇ ਬਸ ਕਰ ਛੋੜੇ ਫਿਰ ਉਹ ਇਬਾਦਤ ਗੁਜ਼ਾਰ ਬੰਦਾ ਉਠਾ ਪਈ ਮੈਂ ਮੰਜੇ ਉਸ ਦਰਖਤ ਤੇ ਕੱਟਾਂ ਪਈ ਸ਼ੈਤਾਨ ਤਾਂ ਮੈਂ ਧੋਖਾ ਕੀਤਾ ਵੱਧ ਉਹ ਤਾਂ ਸ਼ੈਤਾਨ ਭਿੜਨ ਨਾ ਅਦੀਸ ਪਾ ਕੇ ਜਾਂਦਾ ਪਈ ਸ਼ੈਤਾਨ ਵੱਧ ਤੁਸਾਂ ਢਾ ਕੇ ਦਾ ਉਹ ਆਖਣਾ ਪਈ ਪਹਿਲੀ ਦਫ਼ਾ ਜਿਸ ਵੇਲੇ ਤੂੰ ਦਰਖਤ ਆ ਢਾਣਿਆ ਸਿਆ ਉਸ ਵੇਲੇ ਤੁਹਾਡੀ ਵੀਡੀਓ 'ਤੇ ਖਲੂਸ ਹੈ ਹੁਣ ਤਾਂ ਤੂੰ ਆਪਣੇ ਰੁਪਏ ਮਾਰੋ ਦਰਖਤ ਹੈ ਢਾਣਾ ਸਮਝ ਗਏ ਨੇ ਭਈ ਅਸਲ ਚੀਜ਼ ਉਹ ਨਹੀਂ ਹੈ ਨਾ ਭਈ ਬੰਦੇ ਨੇ ਖੁਆਇਸ਼ ਪੂਰੀ ਹੋ ਗਈ ਹੈ ਨਾ ਇਹ ਸਾਰੇ ਕੰਮ ਤੇ ਅੱਲਾ ਰਸੂਲ ਦੀ ਰਜ਼ਾ ਤੇ ਕਰਨੇ ਭਾਈ ਕੋਈ ਕਿਸੇ ਨੇ ਮੁਲਾਜ਼ਮ ਤਾਂ ਨਹੀਂ ਇਹ ਸਿਆਣ ਕੇ ਡਿਊਟੀ ਕਰਨਾ ਪਿਆ ਜੀ ਕੁਝ ਕਰਨਾ ਪਿਆ ਭਾਈ ਅੱਲਾ ਦੀ ਰਜ਼ਾ ਦੀ ਖਾਤਰ ਤੋਂ ਬਾਅਦ ਕਿਆਦਤ ਚੜੇ ਨੇ ਭਾਈ ਵੱਡੇ ਬੰਦੇ ਉਹ ਗਲਤ ਵੀ ਫੈਸਲੇ ਹੋ ਗਏ ਨੇ ਠੀਕ ਵੀ ਹੋ ਗਏ ਨੇ ਬਸ ਇਤਜਾਜ ਕਰਨਾ ਚਾਹੀਦਾ ਲੇਕਿਨ ਨਾਲ ਹੀ ਭਾਈ ਵੱਡੇ ਦੇ ਫੈਸਲੇ ਵੀ ਤਸਲੀਮ ਕਰਨਾ ਚਾਹੀਦਾ ਨਹੀਂ ਪਰ ਸਮਾਇਆ ਨਾ ਭਾਈ ਜਿਹੜੇ ਛੋਟੇ ਵੱਡੇ ਨੇ ਅਦਬ ਨਹੀਂ ਕਰਨੀ ਉਹ ਮੇਰੀ ਉਮਰ ਤੋਂ ਚੁਣੇ ਨੇ ਅਤੇ ਵੱਡੇ ਛੋਟੇ ਦੀ ਸ਼ਫਕਤ ਨਹੀਂ ਕਰਨੀ ਅਤੇ ਉਹ ਵੀ ਮੇਰੀ ਉਮਰ ਤੋਂ ਚੁਣੇ ਪਈ ਵੱਡੇ ਨੇ ਕੰਮ ਹੈ ਭਾਈ ਨਿੱਕਿਆਂ ਦੀ ਗੱਲ ਸੁਣਨਾ ਲੇਕਿਨ ਨਿੱਕਿਆਂ ਨੇ ਵੀ ਕੰਮ ਹੈ ਨਾ ਭਾਈ ਵੱਡੇ ਨੇ ਅਦਬ ਇਤਰਾਮ ਕਰਨਾ ਅੱਲਾਹ ਤਾਲਾ ਲੇਕਿਨ ਤੋਫੀਕ ਦੇ ਰਹੇ ਉਹ ਜਿਹੜੀ ਗੱਲਾਂ ਕਰਨੇ ਨੇ ਉਹਨਾਂ ਨੇ ਜਵਾਨ ਬੰਦੇ ਨੇ ਜਜ਼ਬਾਤ ਬੱਚਿਆਂ ਦੇ ਜਜ਼ਬਾਤ ਇਤਨੀ ਹੋਣੇ ਜਿਹੜੇ ਉਹਨਾਂ ਜ਼ਾਹਿਰ ਕਰਨੇ ਠੀਕ ਰਹਿ ਸਭ ਕੁਝ ਠੀਕ ਤੁਸੀਂ ਲੇਕਿਨ ਇਹ ਥੋੜ੍ਹੀ ਜਿਹੀ ਅਫਸਾ ਮੈਂ ਵੀ ਇਸ ਗੱਲਾਂ 'ਚ ਇਹਨਾਂ ਨਾਲ ਇਤਫਾਕ ਕਰ ਸਕਦਾ ਇਹਨਾਂ ਆਖਾਂ ਨੇ 10-15 ਸਾਲ ਵੀ ਮੈਂ ਬੜਾ ਮੁਸ਼ਕਲ ਨਾਲ ਇਸ ਬਾਤ ਆਉਂਦਾ।